sallallahu alayka ya rasulallah sallallahu alayka ya habiballah ya rasulallah ya habiballah sallallahu alayka ya rasulallah sallallahu alayka ya habiballah Ya Rasul Allah, Ya Habib Allah. A'udhu billahi minash shaitanir rajim. Bismillahir Rahmanir Rahim. Mere dosto te mere islami bhai bharo. Aaj tak main tade kehnde aisa vibha dasan laga. Jeh tade kol jog tar jog log haange. Agar chande baba ji dukan sado gaak nahi aanda. वो तुहाडे कोल ऐवें आणगे जिस तरह भज भज के आणगे जां तुसीं वैसे किसे नूं बुलाउणा होवे ऐ उहदे लई हुब दा वज़ीफा वी हैगा जी बहुत खास हुब हैगी जी तुहानूं दस्सदी बहुत खास हुब हैगी इहदा तुसीं जैसा मर्जी इहदा कम लै सकदे ऐसी हुब हैगी जी प्यारी आ जी तो मेरे दोस्तो उस तो पहले तुहानूं मैं दस दिंदा हक से मैं तुहानूं कहिंदा जिहड़ा बंदा भी अल्लाह दा जिक्र करदा है जिहड़ा बंदा भी अल्लाह दा जिक्र करदा है उठदे आ बैठदे आ लेटे आ करवट लैंदे आ जिहड़ा अल्लाह करदा है या ला इलाहा इल्लल्लाह पढ़दा है उन्हूं एक ते बच्चो उन्हूं ज़्यादा वजीफा करने की जरूरत नहीं होंदी उन्हूं ज़्यादा लंबियां सूरतां पढ़ने की जरूरत नहीं होंदी वह सिर्फ कोई सूरत नहीं तीन दफ़ा पढ़ेगा तो उहदा असर उस तरह ही होंदा है तुहानूं दस्सदा ਤੁਸੀਂ ਬਜਾਏ 40 ਦਫ਼ਾ ਪੜ੍ਹਦੇ ਹੋ 70 ਦਫ਼ਾ ਪੜ੍ਹਦੇ ਹੋ ਸੂਰਤ ਅਗਰ ਤੁਹਾਡਾ ਕਲਮ ਜਾਰੀ ਹੋ ਗਿਆ ਹੈ ਕਲਮ ਜਾਰੀ ਹੋਣਾ ਬੱਚੇ ਇਹੋ ਹੀ ਹੈ ਵੀ ਤੁਹਾਡਾ ਉੱਠਦਿਆਂ ਬੈਠਦਿਆਂ ਅੱਲਾ 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 ਅੱਲਾਹੂ ਜਾਂ ਲਾ ਇਲਾਹਾ ਇਲੱਲਾ ਇਹ ਤਿੰਨ ਜ਼ਿਕਰ ਹੀ ਹੈਗੇ ਨੇ ਔਰ ਇਹ ਬੱਚੋ ਐਸਾ ਨੂਰ ਪੈਦਾ ਕਰਦੇ ਨੇ ਹੱਥਾਂ ਪੈਰਾਂ 'ਚ ਐਸਾ ਨੂਰ ਪੈਦਾ ਕਰਦੇ ਹੋ ਤੁਸੀਂ ਇਨਸ਼ਾਅੱਲਾ ਪੜ੍ਹਨ ਨਾਲ ਤੁਹਾਨੂੰ ਪਤਾ ਲੱਗੇ ਗੱਲ ਪੜ੍ਹੋ ਅਤੇ ਫਿਰ ਤੁਹਾਨੂੰ ਪਤਾ ਲੱਗਦਾ ਜਿਹੜੇ ਅੱਲਾਹ ਦਾ ਜ਼ਿਕਰ ਕਰਦੇ ਨੇ ਜਾਂ ਅੱਲਾ ਅੱਲਾ ਕਰਦੇ ਲਾ ਇਲਾ ਪੜ੍ਹਦੇ ਨੇ ਇਹ ਉਹਨਾਂ ਦੀ ਖਾਸ ਵੀਡੀਓ ਹੈਗੀ ਤੁਹਾਨੂੰ ਮੈਂ ਦੱਸਦਾ ਉਹ ਹੈਗਾ ਜੇ ਉਹ ਆਪਣੇ ਆਪ ਨੂੰ ਚੈੱਕ ਤਾਂ ਕਰੇ ਵੀ ਮੈਂ ਇੰਨੀ ਅੱਲਾ ਅੱਲਾ ਕਰ ਰਿਹਾ ਮੇਰੀ ਅੱਲਾ ਅੱਲਾ ਨਾਲ ਕੋਈ ਨੂਰ ਪੈਦਾ ਹੋਇਆ ਵੀ ਤੁਹਾਨੂੰ ਪਤਾ ਜ਼ਿਕਰ ਕਰਨਾ ਨੂਰ ਪੈਦਾ ਹੁੰਦਾ ਹੈ ਅੱਲਾਹ ਦਾ ਜ਼ਿਕਰ ਕਰੀਏ ਲਾ ਇਲਾ ਦਾ ਪੜ੍ਹੀਏ ਇਹਦੇ ਨਾਲ ਬਹੁਤ ਜਲਦ ਨੂਰ ਪੈਦਾ ਹੁੰਦਾ ਬਹੁਤ ਜਲਦ ਯਾਨੀ ਕਿ ਨੂਰ ਪੈਦਾ ਹੋ ਜਾਂਦਾ ਕੁਰਾਨ ਨਾਲ ਵੀ ਬਹੁਤ ਛੇਤੀ ਹੁੰਦਾ ਲੇਕਿਨ ਇਹਦੇ ਨਾਲ ਬਹੁਤ ਜਲਦੀ ਹੁੰਦਾ ਹੈ ਇਸ ਪੜ੍ਹਨਾ ਤੁਸੀਂ ਪੜ੍ਹਨਾ ਪੜ੍ਹ ਕੇ ਉਸ ਹਿਸਾਬ ਨਾਲ ਚੈੱਕ ਤਾਂ ਕਰੋ ਵੀ ਮੇਰੇ 'ਚ ਨੂਰ ਪੈਦਾ ਹੋਇਆ ਕਿ ਨਹੀਂ ਹੋਇਆ ਇਸ ਲਈ ਤਾਂ ਮੈਂ ਚੈੱਕ ਕਰਨ ਦਾ ਬੱਚੋ ਤਰੀਕਾ ਆਸਾਨ ਦੱਸਣਾ ਪਹਿਲੇ ਤੁਹਾਨੂੰ ਦੱਸਣਾ ਤਰੀਕਾ ਆਸਾਨ ਜਦੋਂ ਤੁਹਾਡੇ 'ਚ ਨੂਰ ਪੈਦਾ ਤੁਸੀਂ ਪਹਿਲੇ ਇਹ ਚੈੱਕ ਕਰੋ ਤੁਸੀਂ ਕੋਈ ਤਸਵੀਰ ਲੈ ਲਓ ਕੋਈ ਚੀਜ਼ ਲੈ ਲਓ ਜਿਸ ਤਰ੍ਹਾਂ ਮੈਂ ਦੇਖੋ ਇਹ ਇੱਕ ਹਾਰ ਹੈਗਾ ਫੁੱਲਾਂ ਦਾ ਹਾਰ ਹੋਵੇ ਤੁਹਾਨੂੰ ਫੌਰੀ ਤੌਰ 'ਤੇ ਪਤਾ ਲੱਗ ਜਾਏਗਾ ਇਹਨੂੰ ਤੁਸੀਂ ਕਹਿਣਾ ਕੁਛ ਨਹੀਂ ਯਾਨੀ ਕਿ ਅੱਲਾਹ ਜ਼ਿਕਰ ਕਰੇਗਾ ਇਹ ਸਿਫਤ ਹੈਗੀ ਉਹ ਮੂੰਹ ਕੁਛ ਨਹੀਂ ਸਿਰਫ ਇਸ਼ਾਰਾ ਕਰੇਗਾ ਜੇ ਕੋਈ ਸੋਚੇਗਾ ਜ਼ਰੂਰ ਲੇਕਿਨ ਇਸ਼ਾਰਾ ਕਰੇਗਾ ਇਹਨੂੰ ਇਸ਼ਾਰਾ ਕਰੇਗਾ ਦੇਖੋ ਇਹਨੂੰ ਇਸ਼ਾਰਾ ਕੀਤਾ ਇਸ ਤਰ੍ਹਾਂ ਇਹ ਦੇਖੋ ਸਿਰਫ ਇਹਨੂੰ ਇਸ਼ਾਰਾ ਕੀਤਾ ਅਤੇ ਫੁੱਲ ਇਹਦੇ ਨਾਲ ਇਸਤਗਾਰਾ ਵੀ ਤੁਸੀਂ ਕਰ ਸਕਦੇ ਹੋ ਅਗਰ ਇਸਤਗਾਰਾ ਕਰਦੇ ਹੋ ਤਾਂ ਤੁਹਾਡਾ ਹਾਂ ਦਾ ਜਵਾਬ ਹੈਗਾ ਇਹ ਦੇਖੋ ਇਹ ਹੈਗਾ ਜੀ ਹਾਂ ਦਾ ਜਵਾਬ ਅਗਰ ਤੁਸੀਂ ਇਸਤਗਾਰਾ ਇਹਦੇ ਨਾਲ ਕਰਦੇ ਹੋ ਘਰ ਬੈਠੇ ਇਸਤਗਾਰਾ ਕਰ ਸਕਦੇ ਹੋ ਜਿਹੜਾ ਬੰਦਾ ਅੱਲਾਹ ਦਾ ਜ਼ਿਕਰ ਕਰਦਾ ਹੈ ਉਹ ਸਿਰਫ ਸੋਚ ਬਣਾਉਣੀ ਯਾ ਅੱਲਾਹ ਮੈਨੂੰ ਇਹ ਹਾਂ ਨਾ ਜਵਾਬ ਪਤਾ ਲੱਗ ਜਾਏ ਕੰਮ ਹੋਏਗਾ ਮੇਰਾ ਕਿ ਨਹੀਂ ਹੋਏਗਾ ਇਹ ਹੈਗਾ ਕੰਮ ਹੋਣ ਦਾ ਇਸ਼ਾਰਾ ਇਹ ਦੇਖੋ ਇਸ਼ਾਰਾ ਕਰੋਗੇ ਉਸ ਤਰ੍ਹਾਂ ਰੁਕ ਜਾਏਗਾ ਉਸ ਟਾਈਮ ਤੁਸੀਂ ਇਹਨੂੰ ਇਸ ਤਰ੍ਹਾਂ ਇਸ਼ਾਰਾ ਕਰੋ ਇਸ ਤਰ੍ਹਾਂ ਦੋਸਤੋ ਚੰਗੀ ਤਰ੍ਹਾਂ ਦੇਖੋ ਇਹ ਇਸਤਗਾਰਾ ਕਰੋਗੇ ਅਤੇ ਇਹ ਇਨਕਾਰ ਦਾ ਜਵਾਬ ਹੈਗਾ ਜੀ ਵੀ ਇਹਦਾ ਮਤਲਬ ਤੁਹਾਡਾ ਕੰਮ ਨਹੀਂ ਹੋਣਾ ਇਹ ਦੇਖ ਲਓ ਔਰ ਇਹ ਚੱਲਦਾ ਰਹੇਗਾ ਜਦੋਂ ਤੁਹਾਡਾ ਨੂਰ ਪੈਦਾ ਹੋਏਗਾ ਤਾਂ ਇਹਨੇ ਰੁਕਣਾ ਨਹੀਂ ਹੈਗਾ ਠੀਕ ਹੈ ਇਹਨੇ ਚੱਲਦੇ ਰਹਿਣਾ ਹੈ ਜਦੋਂ ਤੁਸੀਂ ਇਸ਼ਾਰਾ ਕਰੋਗੇ ਤੁਹਾਨੂੰ ਤਸੱਲੀ ਹੋ ਗਈ ਹੋ ਗਿਆ ਉੱਥੇ ਨਾਲ ਇਸ਼ਾਰਾ ਕਰਨਾ ਇਹਨੇ ਰੁਕ ਜਾਣਾ ਠੀਕ ਹੈ ਹੋਰ ਤੁਸੀਂ ਇਹਨੂੰ ਜਿਸ ਤਰ੍ਹਾਂ ਤੁਸੀਂ ਇਸ਼ਾਰਾ ਕਰੋਗੇ ਇਹਨੇ ਉਸ ਤਰ੍ਹਾਂ ਹੀ ਕੰਮ ਕਰਨਾ ਹੈ ਤੁਹਾਡੇ ਹੱਥਾਂ ਪੈ ਨੂਰ ਪੈਦਾ ਹੋਣਾ ਜਿਹੜਾ ਦੇਖੋ ਇਹ ਮੈਂ ਇਸ ਤਰ੍ਹਾਂ ਇਹਨੂੰ ਗੋਲ ਕਿਹਾ ਹੈ ਗੋਲ ਘੁੰਮ ਇਹ ਦੇਖੋ ਤੇਰਾ ਇਹ ਸਿਰਫ ਨੂਰ ਅੱਲਾਹ ਦੇ ਨੂਰ ਦਾ ਹੈਗਾ ਜੀ ਕਮਾਲ ਔਰ ਮੈਂ ਕੋਈ ਖਾਸ ਵਜ਼ੀਫਾ ਨਹੀਂ ਇਹਦੇ ਲਈ ਕੀਤਾ ਹੈ ਕੋਈ ਅਮਲ ਨਹੀਂ ਕੀਤਾ ਹੈ ਖਾਸ ਸਿਰਫ ਅੱਲਾਹ ਦਾ ਜ਼ਿਕਰ ਅੱਲਾਹ ਔਰ ਲਾ ਇਲਾਹਾ ਇਲੱਲਾਹ ਇਹ ਤਿੰਨ ਜ਼ਿਕਰਾਂ ਦੀ ਹੈਗੀ ਜੀ ਨੂਰ ਦੀ ਪਾਵਰ ਤੁਹਾਨੂੰ ਮੈਂ ਦੱਸਦਾ ਦੇਖੋ
यह रुकेगा नहीं, जिन्हें कि इशारा नहीं करेंगे रुकेगा नहीं, यह लोग इस तरह इशारा करके रुक जाएगा। यह तुम दसिया नूर अपने आप से चैक करने का है तरीकाकार। हूँ तुम जो खुब का खास वजीफा लोगों योग योगता योग अपने को बुला का अमल जो दस लगा वो है सूरह अखलास। सूरह अखलास है बा मौकल, इन तुम पढ़ना करने 111 दफा हर रोज सुबह के टाइम तो पढ़ना करना बिस्मिल्लाहिर्रहमानिर्रहीम अक्सम तो लेकम अजम तो लेकम अजब जिब्राईल या अत्राईल बहके कुल वल्लाह अजब या मै का इला या सराफीला बहके अल्लाह उस्मद अजब सराफीला या ताता इला बहके लामिया लिद गुलामी लद अजब जरा इला या रफ्ता माईला बहके गुलामिया कुल कुफ वन अहद। तो बच्चों ऐ सूरत नूं चंगी तरह याद करके और इजाजत बिना नहीं जो पढ़ना, इजाजत लैके पढ़ना चाहते इजाजत लैके फिर इन्हू याद करके पढ़ो। योग तेरे को लोग आने जे किसी को तुम बुलाना है, कोई नाराज बंदे को बुलाना है वह तसवर करके कोई तस्वीर सामने रखो और फूक मारनी तुम वो इंशाल्लाह आएगा। और बच्चों मूँह के कोई मिठी चीज़ रख लैनी, जबान के उत्ते कोई मिठी चीज़ कोई ना कोई मिठी मिश्री थोड़ी जी रख लैनी जी। दुरुशी अगे पिछे पढ़ना जी और फिर तुम इंशाल्लाह बाबे आप दुआवा दोगे। और बच्चों फिर इस वीडियो में सब्सक्राइब भी करो, लाइक भी करो, शेयर भी करो, लाइक जरूर कराया करो। बस बच्चों अस्सलाम वालेकुम।